ਸਿਹਤ ਪੱਖੋਂ ਕਮਜ਼ੋਰੀ ਜੀ ਆ, ਪਰ ਤੂੰ ਟੇਲਰ ਮਾਸਟਰ ਦੀ ਪੱਗ ਦੇ ਉੱਪਰ ਲੜ 'ਚ ਚੰਗੀ ਹੁੰਦੀ ਹੈ ਕਿਉਂ? ਸੋਈ ਕਹਿੰਦੀ ਭੈਣੇ ਆਪੋ ਆਪਣੇ ਕਰਮਾਂ ਦਾ ਫਲ ਹੁੰਦਾ, ਜਿਹੋ ਜਿਹਾ ਕੋਈ ਕਰਮ ਕਰਦਾ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਪੈਂਚੀ ਕਹਿੰਦੀ ਫਿਰ ਮੈਂ ਕੀ ਮਾਰੇ ਕਰਦੀ ਆ, ਮੈਂ ਟੇਲਰ ਮਾਸਟਰ ਦੇ ਪੈਰਾਂ 'ਚ ਰੋਲਦੀ ਰਹਿੰਦੀ, ਤੂੰ ਕਿਹਾ ਚੰਗਾ ਕੰਮ ਕਰਦੇ ਤੂੰ ਟੇਲਰ ਮਾਸਟਰ ਦੀ ਪੱਗ ਦੇ ਉੱਪਰ ਲੜ 'ਚ ਚੰਗੀ ਹੁੰਦੀ ਹੈ। ਤਾਂ ਸੋਈ ਕਹਿੰਦੀ ਫਿਰ ਸੁਣ ਲੈ, ਤੂੰ ਅੱਜ ਤੱਕ ਜਿੰਨਾ ਕੰਮ ਕੀਤਾ ਪਾਣ ਦਾ ਕੀਤਾ, ਇੱਕ ਦੇ 2, 4, 5, 10 ਟੋਟੇ ਕੀਤੇ ਆ, ਮੈਂ ਤਾਂ ਨਾਲੋਂ ਕਰਦਾ ਛੋਟੀਆਂ ਵਜ੍ਹਾ 'ਚ ਹਲਕੀਆਂ ਸਿਹਤ ਪੱਖੋਂ ਕਮਜ਼ੋਰੀ ਜੀ ਆ, ਮੇਰੀ ਕਿਤੇ ਨਿਮਾਣੀ ਜੀ ਦੀ ਲੋੜ ਪਈ ਤਾਂ ਮੈਂ 2-4 ਟੋਟਿਆਂ ਨੂੰ ਜੋੜੇ ਆ। ਸੋ ਟੋਟਿਆਂ ਨੂੰ ਪ੍ਰਬੰਧਕ ਕਮੇਟੀ ਨੇ ਕਿੰਨੇ ਸਰੋਤਿਆਂ ਨੂੰ ਜੋੜਿਆ, ਬਾਬਾ ਜੀ ਦੀ ਜਿਹਨਾਂ ਯਾਦ ਵਿੱਚ ਆਪਾਂ ਮਿਲਿਆ ਕਰਾਂ ਦਾ ਸਤਿਕਾਰ ਸੋਈ ਨਾਲੋਂ ਕਹਿੰਦਾ ਉਹਦੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ, ਕਿੰਨੀ ਵਧੀਆ ਤਾੜੀ ਜਿਵੇਂ ਤਰਪਾਲ ਤੇ ਕਣੀਆਂ ਪੈਂਦੀਆਂ ਨੇ ਕਿਤੇ ਕਿਤੇ ਛਿੱਟੀ ਪਾਈ। ਸੋ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਜੀ। ਸੋ ਗੀਤ ਲੈ ਕੇ ਤੁਹਾਡੇ ਰੂਬਰੂ ਲਵਪ੍ਰੀਤ ਚੌਹਾਨ ਜੀ। ਲਓ ਜੀ, ਹੁਣ ਕਿਉਂਕਿ ਬੜੀਆਂ ਅਜੀਮ ਜੀਮ ਹਸਤੀਆਂ, ਬੜੇ ਅਫਸਰ ਸਾਹਿਬਾਨ ਸਾਰਿਆਂ ਦਾ ਜੀ ਆਇਆ, ਲਾਸਟ ਗੀਤ ਆ ਜੀ। ਹੱਦ ਨਾਲੋਂ ਵੱਧ ਕੇ ਤੂੰ ਸੋਹਣੀਏ ਸੋਹਣੀਏ,
ਚੱਲਦੇ ਨੇ ਸਾਧ ਨੇ ਤਾਰਾ ਦੇ ਨੀ ਸਾਧ ਨੇ ਤਾਰਾ ਦੇ ਮੁੱਖ ਤੇਰਾ ਤਾਂ ਖੁਦ ਫੁੱਟਣ ਬਿਮਾਰਾਂ ਦੇ ਤੇਰੇ ਸਾਧਾ ਚੱਲਦੇ ਨੇ ਸਾਧ ਨੇ ਤਾਰਾ ਦੇ ਨੀ ਸਾਧ ਨੇ ਤਾਰਾ ਦੇ ਤੇਰੇ ਤੇ ਅਮੀਦਾਨੀ ਦੇਵੀ ਦਵਿੰਦਰ ਨੂੰ ਦਿਲ ਚੋਰ ਸੀਤਾ ਖਰੀ ਦਿਲ ਚੋਰ ਸੀਤਾ ਰੱਖੇ ਸਿਰ ਦੂਰ ਮੇਗਾ ਤੇਰੇ ਤੇ ਅਮੀਦਾਨੀ ਦੇਵੀ ਦਵਿੰਦਰ ਨੂੰ ਦਿਲ ਚੋਰ ਸੀਤਾ ਖਰੀ ਦਿਲ ਚੋਰ ਸੀਤਾ ਨੀ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਦੱਸ ਫੇਰ ਕੀ ਕਰਾਂਗੇ ਸਾਨੂੰ ਤੇਰੇ ਨਾਲ ਮੁੱਤੀਏ ਜੇ ਪਿਆਰ ਹੋ ਗਿਆ ਨੀ ਦੱਸ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਦੱਸ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਦੱਸ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਦੱਸ ਫੇਰ ਕੀ ਕਰਾਂਗੇ ਦਿਲ ਸ਼ੁਕਰਗੁਜ਼ਾਰਾਂ ਪ੍ਰਬੰਧਕ ਕਮੇਟੀ ਦਾ ਸਾਰੇ ਅਫਸਰ ਸਾਹਿਬਾਨ ਦਾ ਸਾਰੇ ਪਿੰਡ ਨਿਵਾਸੀ ਦਾ ਅੰਕਲ ਜੀ ਦਾ ਕਮਲਜੀਤ ਜੀ ਦਾ ਭਾਜੀ ਮੇਰੇ ਵੱਡੇ ਭਾਈ ਸਾਹਿਬ ਅਮਰਜੀਤ ਭਾਜੀ ਦਾ ਅਤੇ ਸਜਿੰਦਿਆਂ ਦਾ ਸਾਰਿਆਂ ਦਾ ਧੰਨਵਾਦ ਦਿਲ ਸ਼ੁਕਰਗੁਜ਼ਾਰ ਇੰਨੀ ਹਾਜ਼ਰੀ ਕਬੂਲ ਕਰਿਓ ਜੀ ਥੈਂਕ ਯੂ ਸੋ ਮਚ ਪਤੰਦਰ ਮੈਨੂੰ ਉਹ ਵੀ ਵੱਡਾ ਕਈਆਂ ਦਾ ਸ਼ੇਪ ਕਰਾਉਣ ਤੋਂ ਬਾਅਦ ਦਾੜੀ ਮੇਰੇ ਫੁੱਟੀ ਹੈ ਤੇਰੀ ਵੀ ਹੋਣੀ ਫੁੱਟਣੀ ਹੈ ਨਾ ਵੀ ਦੋਨੇ ਇੱਕੋ ਜਿਹੀ ਆ ਸੋ ਪ੍ਰਬੰਧਕ ਵੱਲੋਂ ਹੁਕਮ ਹੈ ਵੀ ਸਾਡੇ ਆਪਣੇ ਤੁਹਾਡੇ ਹਰਮਨ ਸਿੱਧੂ ਜੀ ਕਲਾਕਾਰ ਸਾਡੇ ਦਰਬਾਰ ਪਹੁੰਚ ਚੁੱਕੇ ਨੇ ਸੋ ਹਰਿੰਦਰ ਸੰਧੂ ਜੀ ਵੀ ਇੱਧਰ ਭਾਈ ਪਿੰਡੇ ਸ਼ਾਹ ਜੀ ਵੀ ਬਾਬਾ ਜਸਪ੍ਰੀਤ ਜੀ ਬਾਬਾ ਬੋਟ ਸ਼ੇਰਾਂ ਦੇ ਬਾਦਸ਼ਾਹ ਜੀ ਨੂੰ ਆਪਾਂ ਜੇ ਕੁਲਦੀਪ ਮਾਨ ਕੋਲੋਂ ਕਲੀਆਂ ਦੇ ਬਾਦਸ਼ਾਹ ਨਾਲ ਮੁਹੰਮਦ ਸਦੀਕ ਨੂੰ ਦੁਕਾਨਿਆਂ ਦੇ ਬਾਦਸ਼ਾਹ ਨਾਲ ਅਤੇ ਕਰਤਾਰ ਰਮਲਾ ਜੀ ਨੂੰ ਸ਼ੇਰਾਂ ਦੇ ਬਾਦਸ਼ਾਹ ਨਾਲ ਨਵਾਜਿਆ ਗਿਆ ਜਿਹਨੇ ਕਿ ਕਰਤਾਰ ਰਮਲਾ ਜੀ ਬੀਬਾ ਤੇਜਵਰ ਸਿੱਧੂ ਜੀ ਉਹ ਵੀ ਤੁਹਾਡੇ ਰੂਬਰੂ ਹੋਣਗੇ ਸੋ ਉਸ ਤੋਂ ਪਹਿਲਾਂ ਬੇਨਤੀ ਕਰਾਂ ਬਿੱਲਾ ਮਾਣੇ ਵਾਲੀਏ ਜੀ ਦੋ ਗੀਤਾਂ ਨਾਲ ਹਾਜ਼ਰ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਵਾਰੀ ਨਾਲ ਇੱਦਾਂ ਹੀ ਚੱਲੀ ਜਾਣਾ ਆਪਾਂ ਘਰੇ ਇਹੀ ਕੰਮ ਕਰਨਾ ਸਾਰੇ ਜਿਹੜੀ ਹੁਣ ਸਰਤਾਰੀ ਵਾਰ ਦੇ ਕਰੀ ਗੀਤ ਨਾਲ ਧਾਰਮਿਕ ਗੀਤ ਕਈ ਵਾਰੀ ਮੇਰੇ
ਮੇਲੇ ਤੇ ਜਾਂਦੇ ਹਾਂ ਪ੍ਰੋਗਰਾਮ ਹੁੰਦਾ, ਕਲਾਕਾਰ ਧਾਰਮਿਕ ਗੀਤ ਨਹੀਂ ਗਾਉਂਦਾ। ਅਗਲਾ ਕਹਿੰਦਾ ਜਿਹੜਾ ਮੇਰੀ ਤਾਂ ਵਾਰੀ ਕੱਟੀ ਗਈ, ਮੁੜ ਕੇ ਮੈਨੂੰ ਕਿਸੇ ਨੇ ਪੁੱਛਣਾ ਹੀ ਨਹੀਂ। ਇੱਕੋ ਤਾਂ ਸਾਡੇ ਸਰੋਤੇ ਬਹੁਤ ਘੱਟ ਹੋਏ, ਭਰਵੇਂ ਮੇਲੇ 'ਚ ਹਾਜ਼ਰੀ ਲਵਾਉਣੀ ਹਰ ਇੱਕ ਬੰਦਾ ਕੋਈ ਸੰਸੀਬ ਸਮਝਦਾ, ਪਰ ਆਪਾਂ ਇਹੋ ਜਿਹਾ ਪਾੜਾ ਰਹਿ ਨਹੀਂ ਦੇਣਾ। ਇੱਕ ਤਾੜੀ ਸਾਡੇ ਕੈਮਰਾਮੈਨ ਵੀਰਾਂ ਲਈ ਜ਼ਰੂਰ ਮਾਰ ਦਿਓ ਯਾਰ, ਜ਼ੋਰਦਾਰ ਤਾੜੀ ਮਾਰ। ਹਾਂ, ਆਪਾਂ ਕਿਸੇ 'ਤੇ ਲਾ ਕੇ ਗੱਲ ਨਹੀਂ ਕਰਦੇ, ਬਹੁਤ ਸਾਰੀਆਂ ਸਰਕਾਰਾਂ ਆਈਆਂ, ਸਾਰੇ ਰਲੇ ਮਿਲੇ ਬੈਠੇ, ਸਾਰਿਆਂ ਨੇ ਕਿਹਾ ਵੀ ਇੱਕ ਅੱਖ ਨਾਲ ਵੇਖਣ ਨਾਲ ਰਾਜ ਦੇਵਾਂਗੇ। ਪਤਾ ਨਹੀਂ ਆਵੇ ਕਿ ਨਾ ਆਵੇ, ਸਾਡੀ ਉਮਰ 'ਚ ਤਾਂ ਆਉਂਦਾ ਹੀ ਨਹੀਂ ਗਾ। ਪਰ ਇਹ ਕਮਹਿਕਮਾ ਇਹੋ ਜਿਹਾ, ਚਾਹੇ ਕਿਸੇ ਗਰੀਬ ਦੇ ਜਾਵੇ ਚਾਹੇ ਅਮੀਰ ਦੇ ਜਾਵੇ, ਵਿਆਹ ਦਾ ਪ੍ਰੋਗਰਾਮ ਹੋਵੇ, ਸ਼ਗਨ ਦਾ ਪ੍ਰੋਗਰਾਮ ਹੋਵੇ, ਜਲੇਬੀਆਂ ਦਾ ਭੰਡਾ ਬੜਾ ਬੁੜੀ ਇੱਧਰ ਉੱਧਰ ਹੋਇਆ ਹੋਵੇ, ਇਹ ਸਾਰਿਆਂ ਨੂੰ ਇੱਕ ਅੱਖ ਨਾਲ ਜ਼ਰੂਰ ਕਹਿੰਦੇ ਨੇ। ਅਤੇ ਜੇ ਕਿਤੇ ਇਹਨਾਂ ਦਾ ਧੰਨਵਾਦ ਕਰਦੇ ਤਾਂ ਫਿਰ ਆਪਾਂ ਨੂੰ ਪਤਾ ਵੀ ਸੈਂਡ ਵਾਲਿਆਂ ਦਾ ਪਤਾ ਲੱਗਦਾ, ਮੋਗੇ ਵਾਲੀ ਭੂਆ ਨਾ ਗਈ, ਮੂੰਹ ਨਹੀਂ ਦਿਸਣ ਦਿੰਦੇ ਉਹਦੇ ਭੈਣ ਬੰਦੇ ਦਾ ਕੈਮਰੇ 'ਚ। ਸੋ ਧੰਨਵਾਦੀ ਆ ਸਾਰੇ ਜਿੰਨੇ ਵੀ ਸਾਡੇ ਕੈਮਰਾਮੈਨ ਟੀਮ ਆ, ਪ੍ਰੈਸ ਰਿਪੋਰਟਰ, ਮੀਡੀਆ ਵੱਲੋਂ ਜਿੰਨੇ ਵੀ ਨੇ, ਸਾਰਿਆਂ ਦੇ ਤਹਿਤ ਸ਼ੁਕਰਗੁਜ਼ਾਰ ਹਾਂ। ਸੋ ਹਾਜ਼ਰੀ ਤੁਹਾਡਾ ਆਪਣਾ ਵੀ ਬਿੱਲਾ ਮਾਣੇ ਮਰ ਗਿਆ, ਬਹੁਤ ਮਿਹਰਬਾਨੀ। ਸੋ ਇੱਕ ਵਾਰ ਫਿਰ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਮੇਰੀ ਆਉਣ ਵਾਲੀ ਟੇਪ ਜੱਟ ਸੌਦਾ, ਉਸ ਵਿੱਚੋਂ ਗੀਤ ਪੇਸ਼ ਕਰਨ ਲੱਗਾ। ਬਹੁਤੀ ਸ਼ੋਸ਼ੇ ਬਾਜੀ ਲਾਉਂਦੀ ਆਦਮੀ ਨੂੰ ਲੀਕ ਬਾਈ ਲੱਕੀ ਸ਼ਾਹ ਜੀ, ਜਿਨ੍ਹਾਂ ਦਾ ਅੱਜ ਵਿਸ਼ੇਸ਼ ਤੌਰ 'ਤੇ ਸਨਮਾਨ ਆ, ਬਹੁਤ ਵਧੀਆ ਰਾਈਟਰ ਮੇਰੇ ਸਾਹਮਣੇ ਬੈਠੇ ਆ ਜੀ, ਆ ਹੋਰ ਸਰਦਾਰ ਬੂਟਾ ਸਿੰਘ ਜੀ, ਹੋਰ ਮੇਰੇ ਸਤਿਕਾਰਯੋਗ ਸੱਜਣ ਬੈਠੇ ਆ। ਸੋ ਸਾਰਿਆਂ ਨੂੰ ਫਿਰ ਜੀ ਆ। ਬਹੁਤੀ ਸ਼ੋਸ਼ੇ ਬਾਜੀ ਲਾਉਂਦੀ ਆਦਮੀ ਨੂੰ ਲੀਕ ਉਹ ਜੱਟ ਸੌਦਾ ਠੀਕ ਆ ਬਈ, ਜੱਟ ਸੌਦਾ ਠੀਕ ਹੈ, ਜੱਟ ਸੌਦਾ ਠੀਕ ਆ ਬਈ, ਜੱਟ ਸੌਦਾ ਠੀਕ ਹੈ, ਜੱਟ ਸੌਦਾ ਠੀਕ ਆ ਬਈ, ਜੱਟ ਸੌਦਾ ਠੀਕ ਹੈ। ਸੋਨੀ ਟੈਂਟ ਹਾਊਸ, ਸੋਨੂ ਟੈਂਟ ਹਾਊਸ ਤੋਂ 100 ਰੁਪਏ ਦਾ ਮਾਨ ਕਰਕੇ ਗਿਆ। ਸੋ ਨਾਈਸ, ਥੈਂਕ ਯੂ। ਅਸੀਂ ਅੱਜ ਖੁਸ਼ੀ ਨੂੰ ਮਨਾਉਣਾ ਹੈ, ਨਿੱਕਾ ਜਿਹਾ ਪੈਗ ਪਾ ਕੇ ਹੌਲੀ ਹੌਲੀ ਲਾਉਣਾ ਹੈ। ਉਂਝ ਕਹਿੰਦਾ ਅਸੀਂ ਅੱਜ ਖੁਸ਼ੀ ਨੂੰ ਮਨਾਉਣਾ ਹੈ, ਨਿੱਕਾ ਜਿਹਾ ਪੈਗ ਪਾ ਕੇ ਹੌਲੀ ਹੌਲੀ ਲਾਉਣਾ ਹੈ। ਭਰ ਲੈ ਗਲਾਸ ਪੂਰਾ ਛੱਤ ਪਰ ਖਰਾ ਖੂਰਾ,
ਭਰ ਲੈ ਗਲਾਸ ਪੂਰਾ ਛੱਡ ਪਰੇ ਖਾਰਾ ਕੂੜਾ ਮੀਟ ਕੇ ਅੱਖਾਂ ਨੂੰ ਯਾਰਾ ਮੀਟ ਕੇ ਅੱਖਾਂ ਨੂੰ ਯਾਰਾ ਨਾ ਜਾਏ ਕੁੜੀ ਕਾ ਚੱਕ ਸੋਦਾ ਮਸ਼ੂਕ ਤੱਕ ਲਾਰਾ ਕੋਈ ਲਾਈਨ ਤੋਰ ਤੋਂ ਬਗੈਰ ਗੁੱਡੀ ਅੰਬਰਾਂ ਨੂੰ ਚੜੀ ਆਪਣੀ ਮਸ਼ੂਕ ਤੱਕ ਲਾਰਾ ਕੋਈ ਲਾਈਨ ਅੰਬਰਾਂ ਤੋਂ ਤੋੜ ਚੰਨ ਤਾਰੇ ਚੋਲੀ ਪਾਈਨ ਤਰੀ ਗੁਮਰਾਨ ਖੇਡੀ ਕੋਈ ਤਾਂ ਗੁਮਰਾਨ ਖੇਡੀ ਕੋਈ ਦਾਨ ਭਲਾ ਕਿਹੜਾ ਸੌਖਾ ਕੰਮ ਭਲਾ ਕਿਹੜਾ ਸੌਖਾ ਕੰਮ ਜੋੜਾ ਚੱਲ ਤੀਕਾ ਓ ਜੱਟ ਸੌਦਾ ਓ ਜੱਟ ਸੌਦਾ ਠੀਕਾ ਬਈ ਜੱਟ ਸੌਦਾ ਠੀਕਾ ਜੱਟ ਸੌਦਾ ਠੀਕਾ ਬਈ ਜੱਟ ਸੌਦਾ ਠੀਕਾ ਦੋਸਤਾਂ ਚ ਬਹਿ ਕੇ ਹਰ ਕਦੇ ਮਾਰੀ ਨਾ ਤੋਰ ਤੋਂ ਬਗੈਰ ਗੁੱਡੀ ਅੰਬਰਾਂ ਨੂੰ ਜਾੜੀ ਨਾ ਯਾਰਾਂ ਦੋਸਤਾਂ ਚ ਬਹਿ ਕੇ ਹਰ ਕਦੇ ਮਾਰੀ ਨਾ ਤੋਰ ਤੋਂ ਬਗੈਰ ਗੁੱਡੀ ਅੰਬਰਾਂ ਨੂੰ ਜਾੜੀ ਨਾ ਜਾਤ ਨੂੰ ਛਪਾਈ ਨਾ ਜਮੀਰ ਨੂੰ ਗਰਾਈ ਨਾ ਜਾਤ ਨੂੰ ਛਪਾਈ ਨਾ ਜਮੀਰ ਨੂੰ ਗਰਾਈ ਜਾਤ ਪਾਤ ਪੁੱਛਦਾ ਨੀ ਜਾਤ ਪਿੱਲੇ ਪੁੱਛਦਾ ਨੀ ਜਿਹੜਾ ਸੱਚਾ ਮੀਤਾ ਉਹ ਜੱਟ ਸੌਦਾ ਜੱਟ ਸੌਦਾ ਠੀਕ ਆ ਬਈ ਜੱਟ ਸੌਦਾ ਠੀਕ ਆ ਜੱਟ ਸੌਦਾ ਠੀਕ ਆ ਬਈ ਜੱਟ ਸੌਦਾ ਠੀਕ ਆ ਜੱਟ ਸੌਦਾ ਠੀਕ ਆ ਬਈ ਜੱਟ ਸੌਦਾ ਠੀਕ ਆ ਜੱਟ ਸੌਦਾ ਠੀਕ ਆ ਬਈ ਜੱਟ ਸੌਦਾ ਠੀਕ ਆ ਜੱਟ ਸੌਦਾ ਠੀਕ ਆ ਜੱਟ ਸੌਦਾ ਠੀਕ ਆ ਬਹੁਤ ਮਿਹਰਬਾਨੀ ਜੇ ਜੱਟ ਸੌਦਾ ਠੀਕ ਹੈ ਤਾਂ ਮਾਰਦਾ ਤਾੜੀ ਜੱਟ ਸੌਦੇ ਜੀ ਕਿਉਂਕਿ ਵੈਸੇ ਗੱਲਾਂ ਸੱਚੀਆਂ ਬਹੁਤ ਹੀ ਘੱਟ ਹੁੰਦੀਆਂ ਬਹੁਤੇ ਲੋਕਾਂ ਦੇ ਪਾਏ ਭਰਮ ਹੁੰਦੇ ਗੱਲਾਂ ਸੱਚੀਆਂ ਬਹੁਤ ਹੀ ਘੱਟ ਹੁੰਦੀਆਂ ਬਹੁਤੇ ਲੋਕਾਂ ਦੇ ਪਾਏ ਭਰਮ ਹੁੰਦੇ ਪੁੱਤ ਜੱਟਾਂ ਦੇ ਬੋਲਣ ਬੇਸ਼ੱਕ ਗੌੜਾ ਪਰ ਅੰਦਰੋਂ ਦਿਲ ਦੇ ਬੜੇ ਹੀ ਨਰਮ ਆਉਂਦੇ ਸੀ ਕਰ ਕਹਿੰਦੇ ਵੀ ਜੱਟ ਸੌਦਾ ਹੀ ਠੀਕ ਹੈ ਸੋ ਮੈਂ ਜ਼ਿਆਦਾ ਸਮਾਂ ਨਾ ਮੇਰੇ ਜਿਹੜਾ ਸਮਾਂ ਸੀ ਉਹ ਖਤਮ ਹੋ ਚੁੱਕਿਆ ਮੈਂ ਆਪਣੇ ਸਾਥੀ ਕਲਾਕਾਰ ਬਾਈ ਮੰਦਰ ਬੀਲੇ ਵਾਲੀਆਂ ਨੂੰ ਬੇਨਤੀ ਕਰਦਾ ਕਿ ਮੈਂ ਕਿਤੇ ਜਿਹੜੀ ਸਟੇਜ ਦੀ ਅਗਲੀ ਕਾਰਵਾਈ ਉਹ ਕਰਨਗੇ ਕਿਉਂਕਿ ਹੱਦੋਂ ਜ਼ਿਆਦਾ ਬੋਲਣ ਮਾੜਾ ਅਤੇ ਹੱਦੋਂ ਹੀ ਬਹੁਤੀ ਚੁੱਪ ਬੁਰੀ ਹੱਦੋਂ ਜ਼ਿਆਦਾ ਸਰਦੀ ਮਾੜੀ ਅਤੇ ਹੱਦੋਂ ਹੀ ਬਹੁਤੀ ਧੁੱਪ ਬੁਰੀ ਹੱਦੋਂ ਜ਼ਿਆਦਾ ਬੋਲਣ ਮਾੜਾ ਹੱਦੋਂ ਹੀ ਬਹੁਤੀ ਚੁੱਪ ਬੁਰੀ
ਹੱਦੋਂ ਜ਼ਿਆਦੇ ਸਰਦੀ ਮਾਰੀ ਤੇ ਹੱਦੋਂ ਹੀ ਬਹੁਤੀ ਧੁੱਪ ਬੁਰੀ, ਲੰਘਣਾ ਪੈਂਦਾ ਅੱਖ ਬਚਾ ਕੇ ਲੈਣੀ ਚੀਜ਼ ਉਧਾਰ ਬੁਰੀ, ਨਮਕ ਹਰਾਮੀ ਬੰਦਾ ਮਾੜਾ ਤੇ ਔਰਤ ਹੈ ਬਦਕਾਰ ਬੁਰੀ। ਮੈਂ ਔਰਤ ਸਾਰੀਆਂ ਦੀ ਵੀ ਗੱਲ ਕਰਦਾ ਗਾ ਤੇ ਕਈ ਵਾਰੀ ਉਹਨਾਂ ਔਰਤਾਂ ਦੀ ਗੱਲ ਕਰ ਜਿਹੜੀਆਂ ਪੋਹ ਦੇ ਮਹੀਨੇ ਪੀਕਾਂ ਦੇ ਪਿੰਡ ਜੀਆਂ ਲਾਈ ਰੱਖਦੀਆਂ, ਕਿਉਂਕਿ ਜਿੱਥੇ ਭਾਈਆਂ ਦੀ ਆਪਸ ਵਿੱਚ ਬਣਦੀ ਨਹੀਂ ਉੱਥੇ ਲੋੜ ਹੁੰਦੀ ਹੈ ਸਦਾ ਏਕੇ ਦੀ। ਜਿੱਥੇ ਭਾਈਆਂ ਦੀ ਆਪਸ ਵਿੱਚ ਬਣਦੀ ਨਹੀਂ ਉੱਥੇ ਲੋੜ ਹੁੰਦੀ ਹੈ ਸਦਾ ਏਕੇ ਦੀ। ਜਿਹੜੀ ਔਰਤ ਵਸਣਾ ਨਹੀਂ ਚਾਹੁੰਦੀ ਉਹ ਖਿੱਚ ਕਰਦੀ ਆ ਏਕੇ ਦੀ। ਮਾੜੀ ਜੀ ਗੱਲ ਤੋਂ ਰੱਸੀ ਚੱਕੀ ਚੋਂ ਨਹੀਂ ਚੱਲ ਪੇਕਿਆਂ ਦੀ, ਮੁੜ ਕੇ ਸਰਪੰਚ ਦੇ ਫੋਨ ਦੀ ਗੱਲ ਹੁੰਦੀ ਹੈ ਕਹਿੰਦੀ ਭਾਈ ਉਹਨੂੰ ਲੈ ਕੇ ਆਈ ਨਾਲ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਸਾਡੇ ਪੰਜਾਬੀਆਂ ਦੇ ਬੋਲ ਨੇ, ਸਾਡੇ ਬਜ਼ੁਰਗਾਂ ਦੇ ਬੋਲ ਨੇ ਕਿ ਸ਼ਰਾਬੀ ਠੇਕੇ 'ਚੋਂ ਅਤੇ ਤੀਵੀਂ ਪੇਕੇ 'ਚੋਂ ਡਾਂਗ ਮੇੜਾ ਨਹੀਂ ਨਿਕਲਦੇ, 5 ਫੁੱਟ ਦਾ ਡੰਡਾ ਲਈ ਜਾਂ ਚੱਪ ਕਰਕੇ ਤੁਰੀ ਆਉਂਦੇ ਮੂਹਰੇ। ਜਿਹੜੀ ਔਰਤ ਵਸਣਾ ਨਹੀਂ ਚਾਹੁੰਦੀ ਉਹ ਖਿੱਚ ਕਰਦੀ ਹੈ ਸਦਾ ਪੇਕੇ ਦੀ। ਜਿਹੜੇ ਦਿਲ 'ਤੇ ਇਸ਼ਕ ਦੀ ਸੱਟ ਲੱਗੀ ਉਹਨੂੰ ਲੋੜ ਪਿਆਰ ਦੇ ਸੇਕੇ ਦੀ, ਉਹ ਜਿਹਨਾਂ ਯਾਰਾਂ ਦੇ ਨੈਣਾ 'ਚੋਂ ਪੀ ਲਈ ਉਹ ਮੁੜ ਕੇ ਨਹੀਂ ਮੰਗਦੇ ਠੇਕੇ ਦੀ। ਸੋ ਠੇਕੇ ਦੀ ਸ਼ਰਾਬ ਵਰਗਾ ਦਿਖਾਣਾ ਕੀ ਦੇ। ਸਰਦਾਰ ਗੁਰਜੰਟ ਸਿੰਘ ਜੀ ਸੰਘਾ ਸਾਹਿਬ ਮੈਂਬਰ, ਬਹੁਤ ਬਹੁਤ ਮਾਣ ਕਰਕੇ ਗਿਆ, ਸੋ ਨਾਈਸ, ਥੈਂਕ ਯੂ। ਹੈਲੋ 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 ਆਪ ਕਰ ਕਮਲੀ ਯਾਰ ਦੀ ਕਮਲੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਨੀ ਮੈਂ ਕਮਲੀ 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 ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ
ਮੁੱਲਾ ਹੋਣ ਵਰਜ ਨਾ ਸਾਨੂੰ ਹੱਥ ਮੁੱਲਾ ਹੋਣ ਵਰਜ ਨਾ ਸਾਨੂੰ ਕਰ ਕਜਰਾਂ ਦੇ ਜਾਵਣ ਦੇ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ ਵੇ ਕੰਜਰੀ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ ਉਹ ਮੈਨੂੰ ਨੱਚ ਕੇ ਯਾਰ ਮਨਾਵਣ ਦੇਵੇ ਕੰਬਲੀ ਯਾਰ ਦੀ ਕੰਬਲੀ ਵੇ ਕੰਬਲੀ ਯਾਰ ਕੰਬਲੀ ਵੇ ਕੰਬਲੀ ਯਾਰ ਦੀ ਕੰਬਲੀ ਕਮਲੀ ਕਮਲੀ ਵੇ ਮੈਂ ਕਮਲੀ ਕਮਲੀ ਵੇ ਮੈਂ ਕਮਲੀ ਕਮਲੀ ਵੇ ਮੈਂ ਕਮਲੀ ਕਮਲੀ ਯਾਰ ਦੀ ਕਮਲੀ ਵੇ ਕਮਲੀ ਯਾਰ ਦੀ ਕਮਲੀ ਵੇ ਮੈਂ ਕਮਲੀ ਯਾਰ ਦੀ ਬਹੁਤ ਵਧੀਆ ਮਾਹੌਲ ਬਣਿਆ ਸੋ ਇੱਕ ਜ਼ਿੰਦਗੀ ਦੀ ਚੱਕ ਲੋ ਵਿੱਚੇ ਆ ਉਹ ਜਦ ਮੈਂ ਪੈਦਾ ਹੋਈ ਨੀ ਫਿਰ ਤੋਤਲੀ ਬਾਜ ਚ ਰੋਈ ਉਹ ਜਦ ਮੈਂ ਪੈਦਾ ਹੋਈ ਨੀ ਫਿਰ ਤੋਤਲੀ ਬਾਜ ਚ ਰੋਈ ਉਹ ਜਦੋਂ ਤੋਤਲੀ ਬਾਜ ਚ ਰੋਈ ਤੇ ਫਿਰ ਚੱਕ ਲੋ ਫੇਰ ਮੈਂ ਹੋਈ ਮੁਟਿਆਰ ਨੀ ਮੇਰੇ ਅੱਗੇ ਪਿੱਛੇ ਯਾਰ ਨੀ ਫੇਰ ਮੈਂ ਹੋਈ ਮੁਟਿਆਰ ਮੇਰੇ ਅੱਗੇ ਪਿੱਛੇ ਯਾਰ ਮੇਰੇ ਅੱਗੇ ਪਿੱਛੇ ਯਾਰ ਫੇਰ ਹੋਈ ਚੱਕ ਲੋ ਚੱਕ ਲੋ
ਮੈਂ ਕਈ ਵਿਆਹੀ ਨੀ ਮੈਨੂੰ ਮਿਲ ਗਿਆ ਸੋਹਣਾ ਮਾਹੀ ਨੀ ਫੇਰ ਮੈਂ ਕਈ ਵਿਆਹੀ ਨੀ ਮੈਨੂੰ ਮਿਲ ਗਿਆ ਸੋਹਣਾ ਮਾਹੀ ਜਦ ਮਿਲ ਗਿਆ ਸੋਹਣਾ ਮਾਹੀ ਤੇ ਫਿਰ ਚੱਕ ਲੋ 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 ਫਿਰ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਫੇਰ ਮੈਂ ਹੋਈ ਬੁੱਢੀ ਇਹ ਸਾਰਿਆਂ ਦੇ ਸਮਾਂ ਆਉਣਾ ਜੀ ਫੇਰ ਮੈਂ ਹੋਈ ਬੁੱਢੀ ਨੀ ਕਦੇ ਇੱਧਰ ਡਿੱਗੀ ਤੇ ਕਦੇ ਉੱਧਰ ਡਿੱਗੀ ਨੀ ਫੇਰ ਮੈਂ ਹੋਈ ਬੁੱਢੀ ਕਦੇ ਇੱਧਰ ਡਿੱਗੀ ਤੇ ਕਦੇ ਉੱਧਰ ਡਿੱਗੀ ਨੀ ਜਦ ਇੱਧਰ ਡਿੱਗੀ ਤੇ ਉੱਧਰ ਡਿੱਗੀ ਤੇ ਫਿਰ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਸਮਾਂ ਮੇਰਾ ਆਇਆ ਰਿਸ਼ਤੇਦਾਰਾਂ ਘੇਰਾ ਪਾਇਆ ਫਿਰ ਅੰਤ ਸਮਾਂ ਮੇਰਾ ਆਇਆ ਰਿਸ਼ਤੇਦਾਰਾਂ ਘੇਰਾ ਪਾਇਆ ਨੀ ਸਾਰਾ ਗਹਿਣਾ ਗੱਟਾ ਲਾਇਆ ਤੇ ਫਿਰ ਧੁਰੋਂ ਆਵਾਜ਼ਾਂ ਆਇਆ ਜਦ ਧੁਰੋਂ ਆਵਾਜ਼ਾਂ ਆਇਆ ਤੇ ਫਿਰ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਫਿਰ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਕਮਲੀ ਬਹੁਤ ਮਿਹਰਬਾਨੀ ਜੀ ਇੱਕ ਵਾਰੀ ਤਾੜੀ ਲਾ ਦੋ ਜੀ ਲਾਲ ਸ਼ੇਰ ਸਿੰਘ ਜੀ ਮਾਨ ਸਾਹਿਬ ਸਾਡੇ ਵਿੱਚ ਵਿਰਾਜਮਾਨ ਹੋਇਆ ਸੋ ਸਾਰਿਆਂ ਵੱਲੋਂ ਸਾਡੇ ਵੱਲੋਂ ਜੀ ਆਇਆਂ ਜੀ ਸਾਡੇ ਟੀਨਾ ਭਾਜੀ ਰਵਿੰਦਰ ਟੀਨਾ ਜੀ ਮਿਊਜ਼ਿਕ ਡਾਇਰੈਕਟਰ ਸਾਹਿਬ ਸਾਡੇ ਵਿੱਚ ਵਿਰਾਜਮਾਨ ਹੋਇਆ ਸੋ
ਇਹਨਾਂ ਖੰਭਾਂ ਸਿਰ 'ਤੇ ਅਸੀਂ ਉੱਡਣਾ ਜੀ। ਇੱਕ ਮੇਰੇ ਦੋਸਤਾਂ ਦੀ ਫਰਮਾਇਸ਼, ਕੱਲ੍ਹ ਤੂੰ ਚਿੱਠੀ ਫੜਾਈ ਵੇ, ਉਦੋਂ ਵਹਿੰਦੀ ਸੀ ਮੇਰੀ ਤਾਈ। ਜਦੋਂ ਕੱਲ ਤੂੰ ਚਿੱਠੀ ਫੜਾਈ ਵੇ, ਉਦੋਂ ਵਹਿੰਦੀ ਸੀ ਮੇਰੀ ਤਾਈ। ਚਿੱਠੀ ਫੜਾਈ ਵੇ, ਉਦੋਂ ਵਹਿੰਦੀ ਸੀ ਮੇਰੀ ਤਾਈ ਵੇ। ਉਹਨੇ ਮੋਰਾ ਨਾ ਗੱਲ ਛਪਾਈ ਤੇ ਚੁਗਲੀ ਕਰਨੀ ਵੇ, ਹਾਏ ਜਾਲ ਨਾ ਮਰਦੀ ਵੇ, ਹਾਏ ਸੋਹਣਿਆ ਮਰਦੀ ਵੇ ਮੈਂ, ਹਾਏ ਜਾਲ ਮੈਂ ਮਰਦੀ ਵੇ। ਕਾਪੀ ਵਿੱਚੋਂ ਕੱਢ ਕੇ ਚਿੱਠੀ ਮੰਮੀ ਨੇ ਜੱਟ ਪੜ ਲਈ ਵੇ, ਕਾਪੀ ਵਿੱਚੋਂ ਕੱਢ ਕੇ ਚਿੱਠੀ ਮੰਮੀ ਨੇ ਜੱਟ ਪੜ ਲਈ ਵੇ। ਵਿੱਚ ਪਰਸ ਦੇ ਰੱਖੀ ਸੀ ਫੋਟੋ, ਉਹ ਵੀ ਤੇਰੀ ਫੜ ਲਈ ਵੇ, ਵਿੱਚ ਪਰਸ ਦੇ ਰੱਖੀ ਸੀ ਫੋਟੋ, ਉਹ ਵੀ ਤੇਰੀ ਫੜ ਲਈ ਵੇ। ਮੇਰੀ ਗੁੱਤ ਨੂੰ ਵੱਡਾ ਚੜਾਇਆ ਤੇ ਕਹਿੰਦੀ ਆ ਕੀ ਕੰਮ ਬਣਾਇਆ, ਦੋ ਤਿੰਨ ਜੜੀ ਵੇ, ਹਾਏ ਜਾਲਮ ਹਾਏ ਸੋਹਣਿਆ ਮਰ ਗਈ ਵੇ ਮੈਂ, ਹਾਏ ਜਾਲਮ ਮਰ ਗਈ ਵੇ। ਲੈਣ ਦੇ ਬਾਪ ਤੇਰੇ ਨੂੰ ਕਹਿੰਦੀ ਝੰਡ ਲਵਾਉਣੀ ਆ, ਵੱਡੀ ਇਸ਼ਕ ਮਜਾਜਾ ਪੱਟੀਏ ਤੈਨੂੰ ਹੀਰ ਬਣਾਉਣੀ ਆ, ਵੱਡੀ ਇਸ਼ਕ ਮਜਾਜਾ ਪੱਟੀਏ ਤੈਨੂੰ ਹੀਰ ਬਣਾਉਣੀ ਆ। ਮੁਕਤ ਦੇ ਦਾਸੀਆਂ ਚਾਹੀਆਂ ਵੇ ਮੈਨੂੰ, ਨੱਚੀਆਂ ਤਰੇੜੀਆਂ ਆਈਆਂ ਕਸੂਤੀ ਅੜੀ ਵੇ, ਹਾਏ ਜਾਲ ਮੈਂ ਹਾਏ ਸੋਹਣਿਆ ਮਰ ਗਈ ਵੇ ਮੈਂ, ਹਾਏ ਜਾਲ ਮੈਂ ਮਰ ਗਈ ਵੇ।
ਬਿੱਲਿਆ ਮਾਣੇ ਵਾਲਿਆ ਲੱਭ ਲੈ ਕੋਈ ਵਜੋਲਾ ਦੇ ਧਰ ਦੇਣਾ ਹੁਣ ਵਿਆਹ ਮਾਪਿਆਂ ਤੈਥੋਂ ਕਾਹਦਾ ਹੋਲਾ ਵੇ ਧਰ ਦੇਣਾ ਹੁਣ ਵਿਆਹ ਮਾਪਿਆਂ ਤੈਥੋਂ ਕਾਹਦਾ ਹੋਲਾ ਵੇ ਮੈਨੂੰ ਹਟਾਉਣਾ ਤੇ ਬਸ ਅੱਗੇ ਹੋਰ ਨੀ ਅਸੀਂ ਪੜਾਉਣਾ ਕਿਸਮਤ ਸੜ ਗਈ ਵੇ ਹੋਏ ਜ਼ਾਲਮ ਹਾਏ ਸੋਹਣਿਆ ਮਰ ਗਈ ਵੇ ਮੈਂ ਹਾਏ ਜ਼ਾਲਮ ਮਰ ਗਈ ਵੇ ਮੈਂ ਹਾਏ ਸੋਹਣਿਆ ਮਰ ਗਈ ਵੇ ਮੈਂ ਹਾਏ ਜ਼ਾਲਮ ਮਰ ਗਈ ਵੇ ਬਹੁਤ ਮਿਹਰਬਾਨੀ ਇੱਕ ਤਾੜੀ ਲਾ ਦਿਓ ਹਾਂਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼੍ਰੀ ਬਾਬਾ ਮਾਨਦਾਸ ਜੀ ਬਾਬਾ ਸਿੰਘ ਜੀ ਸਲਾਨਾ ਬਰਸੀ ਤੇ ਇਕੱਤਰ ਹੋਏ ਰੱਬ ਵਰਗੇ ਸਰੋਤੇ ਸਰਦਾਰ ਨੇਤਾ ਸਿੰਘ ਜੀ ਸੰਘਾ ਸਾਹਿਬ ਸਮੂਹ ਸੰਘਾ ਫੈਮਿਲੀ ਸਰਦਾਰ ਸੁਖਚੈਨ ਸਿੰਘ ਜੀ ਸਾਬਕਾ ਸਰਪੰਚ ਨਗਰ ਨਿਵਾਸੀ ਗ੍ਰਾਮ ਪੰਚਾਇਤ ਜਿੰਨੇ ਵੀ ਇਲਾਕੇ ਤੋਂ ਦੂਰੋਂ ਨੇੜੇ ਚੱਲ ਕੇ ਰੱਬ ਵਰਗੇ ਸਰੋਤੇ ਪਹੁੰਚੇ ਨੇ ਮੈਂ ਸਰਦਾਰ ਸੁਖਚੈਨ ਸਿੰਘ ਜੀ ਬਰਾੜ ਸਾਹਿਬ ਸਾਬਕਾ ਸਰਪੰਚ ਸਰਦਾਰ ਨਿਰਮਲ ਸਿੰਘ ਜੀ ਸੰਘਾ ਸਾਹਿਬ MC ਸਾਹਿਬ ਬਹੁਤ ਹੀ ਰਿਸਪੈਕਟਡ ਮਾਨ ਹਸਤੀਆਂ ਜਿੰਨੇ ਵੀ ਇਲਾਕੇ ਦੇ ਪੰਚ ਸਰਪੰਚ ਸਾਡੇ VIP ਗੈਸਟ ਅੱਜ ਦੇ ਇਸ ਮੇਲੇ ਵਿੱਚ ਪਹੁੰਚੇ ਨੇ ਮੈਂ ਸਪੈਸ਼ਲ ਤੌਰ ਤੇ ਜੀ ਆਖਦਾ ਹਾਂ ਮੋਸਟ ਵੈਲਕਮ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਰਿਸਪੈਕਟਡ ਮਾਨ ਹਸਤੀਆਂ ਸਰਦਾਰ ਤਾਰ ਸਿੰਘ ਜੀ ਸੰਘਾ ਸਾਹਿਬ ਜਿਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਮਿਲਿਆ ਜਦੋਂ ਸੀਨੀਅਰ ਅੱਗੇ ਬੈਠੇ ਹੋਣ ਬੜਾ ਔਖਾ ਹੋ ਜਾਂਦਾ ਸਟੇਜ ਨੂੰ ਕੰਪੇਅਰ ਕਰਨਾ ਪੰਜਾਬੀਆਂ ਦਾ ਮਾਣ ਪੰਜਾਬੀ ਮਾਂ ਬੋਲੀ ਦਾ ਸ਼ਿੰਗਾਰ ਜਿਨ੍ਹਾਂ ਨੇ ਪੰਜਾਬ ਲੈਵਲ 'ਤੇ ਨਹੀਂ ਬਲਕਿ ਇੰਡੀਆ ਲੈਵਲ 'ਤੇ ਚਾਹੇ ਉਹ ਸਿਆਸਤੀ ਸਟੇਜ ਹੋਵੇ ਜਾਂ ਕੋਈ ਸੱਭਿਆਚਾਰਕ ਸਟੇਜ ਹੋਵੇ ਉਹਨਾਂ ਨੂੰ ਨੇ ਪੂਰਨ ਤੌਰ 'ਤੇ ਆਪਣੇ ਤਨੋ ਮਨੋ ਨਿਭਾਇਆ ਸਾਡੇ ਰੱਬ ਲੋਕ ਸ਼੍ਰੀ ਦੇਸਰਾਜ ਸ਼ਰਮਾ ਜੀ ਸੋ ਪਵਨ ਸ਼ਰਮਾ ਜੀ ਮੰਚ ਚਾਲਕ ਉਹ ਵੀ ਇੱਥੇ ਪਹੁੰਚੇ ਨੇ ਸੋ ਸਰਦਾਰ ਸ਼ੇਰ ਸਿੰਘ ਜੀ ਮੰਡ ਸਾਹਿਬ ਸਾਡੇ ਬਹੁਤ ਹੀ ਰਿਸਪੈਕਟਡ ਮਾਨ ਹਸਤੀਆਂ ਸਰਦਾਰ ਬੂਟਾ ਸਿੰਘ ਜੀ ਸਰਪੰਚ ਸਾਹਿਬ ਤੋਂ ਇਕੱਲੇ ਇਕੱਲੇ ਦਾ ਨਾਮ ਬੋਲਣ ਆਪਦਾ ਸਮਾਂ ਬਹੁਤ ਲੱਗ ਜਾਣਾ ਹੈ ਸਮਾਂ ਘੱਟ ਹੈ ਕੰਮ ਜ਼ਿਆਦਾ ਆਪਣੇ ਕੋਲ ਕਹਿੰਦੇ ਕੋਈ ਪਤਾ ਨਹੀਂ ਤਕੜੇ ਨੂੰ ਮਾੜਾ ਵੀ ਛਾਤੀ ਤਲ ਜਾਵੇ ਇਹ ਮੂੜ ਮੂੜ ਦੀਆਂ ਗੱਲਾਂ ਕੀ ਪਤਾ ਹੈ ਮੂੜ ਕਦੋਂ ਬਣ ਜਾਵੇ ਸਾਰਿਆਂ ਦਾ ਮੂੜ ਬਣਿਆ ਆਪਾਂ ਖਰਾਬ ਵੀ ਨਹੀਂ ਹੋਣ ਦੇਣਾਗਾ ਬਹੁਤ ਹੀ ਰਿਸਪੈਕਟਡ ਸਤਿਕਾਰਯੋਗ ਭੈਣਾਂ ਛੋਟੇ ਛੋਟੇ ਬੱਚੇ ਰੱਬ ਵਰਗੇ ਵੀਰ ਪਿਤਾ ਸਮਾਨ ਬਜ਼ੁਰਗ ਮੈਂ ਇੱਕ ਵਾਰ ਫਿਰ ਅੱਜ ਦੇ ਇਸ ਮੇਲੇ ਵਿੱਚ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ ਪਹੁੰਚੇ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਮੋਸਟ ਵੈਲਕਮ ਸੋ ਜ਼ਿਆਦਾ ਸਮਾਂ ਨਾ ਲਈਏ ਕਹਿੰਦੇ ਜਦੋਂ ਦੇਸ਼ ਨੂੰ ਕੁਰਬਾਨੀ ਦੀ ਲੋੜ ਪੈਂਦੀ ਸੀਸ ਪਹਿਲਾਂ ਹੀ ਸਿੰਘ ਦਾ ਲਹਿ ਜਾਂਦਾ ਲੱਕੀ ਸ਼ਾਹ ਜੀ ਬੈਠੇ ਨੇ ਬਹੁਤ ਅੱਛੇ ਗੀਤਕਾਰ ਉਹਨਾਂ ਦਿਨਾਂ ਵਿੱਚ ਉਦੋਂ ਕਿੱਥੇ ਗਿਆ ਰੱਬ ਸੀ ਸੋ ਨੌਜਵਾਨ ਪੀੜ੍ਹੀ ਨੇ ਬੜਾ ਮਾਣ ਬਖਸ਼ਿਆ ਕਿ ਹੈਲੋ ਪੂਜਾ ਹਾਏ ਪੂਜਾ ਉਹ ਵੀ ਸਾਡੇ ਦਰਮਿਆਨ ਨੇ ਸੋ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਕਹਿੰਦੇ ਜਦੋਂ ਦੇਸ਼ ਨੂੰ ਕੁਰਬਾਨੀ ਦੀ ਲੋੜ ਪੈਂਦੀ ਸੀਸ ਪਹਿਲਾਂ ਹੀ ਸਿੰਘ ਦਾ ਲਹਿ ਜਾਂਦਾ ਜਦੋਂ ਧਰਮਾਂ ਦੇ ਲਈ ਤਲਵਾਰ ਉੱਠਦੀ ਤੇ ਖੂਨ ਪਾਣੀ ਵਾਂਗਰਾ ਵਹਿ ਜਾਂਦਾ ਤੱਤੀ ਤਵੀ ਤੇ ਤਸੀਹੇ ਦੇ ਵੇਖੇ ਮਰਦਾ ਸਿੰਘ ਵੀ ਵਾਹਿਗੁਰੂ ਕਹਿ ਜਾਂਦਾ ਇਹ ਤਾਂ ਉੱਬਲਦਿਆਂ ਪਾਣੀਆਂ ਵਿੱਚ ਹੱਸਦਾ ਏ ਆਰਿਆ ਥੱਲੇ ਵੀ ਪੀੜਾ ਸਹਿ ਜਾਂਦਾ ਲੱਕੀ ਸ਼ਾਹ ਜੇ ਨਾਲ ਸਿਆਸਤੀ ਜੰਗ ਛਿੜਦੀ ਸਾਡਾ ਹਰਿਮੰਦਰ ਹੀ ਕਾਹਤੋਂ ਟਹਿ ਜਾਂਦਾ ਸਾਡਾ ਕਾਲ ਤੱਕ ਹੀ ਕਾਹਤੋਂ ਟਹਿ ਜਾਂਦਾ ਤੇ ਜ਼ਿਆਦਾ ਸਮਾਂ ਨਾ ਲਈਏ ਉਹ ਪੰਜਾਬ ਦਾ ਉਭਰਦਾ ਗਾਇਕ ਜਿਨ੍ਹਾਂ ਨੂੰ ਤੁਸੀਂ ਮਨਾ ਮੁਣੀ ਪਿਆਰ ਬਖਸ਼ਿਆ ਬਹੁਤ ਬਹੁਤ ਦਰਵਾਜ਼ੀ ਹੈ ਭਾਈ ਲੋਹਗੀ ਮਾਨ ਜੀ ਸੋ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਤੁਹਾਡੇ ਚਰਨਾਂ ਦਾ ਪਿਆਰ ਲੈਣ ਦਾ ਮੌਕਾ ਮਿਲਿਆ
ਸੁਨਾਲ ਜੀ ਨਾਲ ਤੁਹਾਡੇ ਨੂੰ ਹੁਕਮ ਜਾ ਰਹੇ ਹੈ। ਗੁੱਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਜਿਨ੍ਹਾਂ ਨੂੰ ਤੁਸੀਂ ਅਕਸਰ ਟੀਵੀ ਚੈਨਲ ਤੇ ਦੇਖਦੇ ਰਹਿੰਦੇ ਹੋ। ਪੇਪਰ ਦਾ ਪਿਆਰ ਬੜਾ ਪਿਆਰ ਬਖਸ਼ਿਆ, ਬੜਾ ਮਾਣ ਬਖਸ਼ਿਆ ਹੈ। ਰੰਗ ਜ਼ਰੂਰ ਸਾਂਵਲਾ ਪਰ ਗੁਰ ਬਹੁਤ ਆ ਉਹਦੇ ਵਿੱਚ। ਤੁਹਾਡੇ ਰੂਹ ਨੂੰ ਕੰਜਾਰੇ ਹੈ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਮੇਰੀ ਬਰਾਦ ਹਰਵੀਰ ਸਿੱਧੂ ਜੀ। ਵਾਰ ਵਾਰ ਕਹਿਣ ਦੀ ਲੋੜ ਨਾ ਪਵੇ, ਜਿੰਨੀਆਂ ਤੁਹਾਡੀਆਂ ਤਾੜੀਆਂ ਵੱਜਣੀਆਂ ਸਟੇਜ ਨੂੰ ਉਨੀ ਗਰਮ ਹੋਣਾ। ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਮਿਹਰਬਾਨੀ ਕਰਕੇ। ਇੱਧਰੋਂ ਆਵਾਜ਼ ਜ਼ਿਆਦਾ ਆਉਂਦੀ ਹੈ, ਤੁਹਾਡੇ ਵੱਲੋਂ ਘੱਟ ਆਉਂਦੀ। ਸਾਡੇ ਇੱਕ ਬਜ਼ੁਰਗਾਂ ਦੀ ਕਹਾਵਤ ਹੈ, ਜਿੰਨਾ ਚਿਰ ਦੁਨੀਆਂ ਰਹੂਗੀ ਨਾ ਸਾਡੇ ਬਜ਼ੁਰਗਾਂ ਦੀਆਂ ਕਹਾਵਤਾਂ ਚੱਲਦੀਆਂ ਰਹਿਣਗੀਆਂ। ਸਾਡੇ ਬਜ਼ੁਰਗਾਂ ਨੇ ਕਹਾਵਤ ਇਹਨਾਂ ਦਿਨਾਂ ਦੇ ਵਿੱਚ ਹੀ ਬਣਾਈ ਸੀ। ਸਾਡੇ ਬਜ਼ੁਰਗਾਂ ਦੀ ਇੱਕ ਕਹਾਵਤ ਹੈ, ਕਹਿੰਦੇ ਚੜ ਗਿਆ ਪੋ ਬਚਣਗੇ ਉਹ, ਚੜ ਗਿਆ ਪੋ ਬਚਣਗੇ ਉਹ, ਜਿਹੜੇ ਕੋਟੀਆਂ ਸਵੈਟਰ ਪਾਈ ਰੱਖਣਗੇ ਤੇ ਤਾੜੀਆਂ ਮਾਰੀ ਜਾਣਗੇ। ਕਿਉਂਕਿ ਜ਼ੋਰਦਾਰ ਤਾੜੀ ਨਾਲ ਹੀ ਇੱਧਰ ਮਾਹੌਲ ਨੇ ਗਰਮ ਹੋਣਾ। ਸਿਆਣੇ ਕਹਿੰਦੇ ਸਿੱਖ ਨੂੰ ਦਾੜੀ ਦਾ, ਬੰਗਾਲਾਂ ਨੂੰ ਸਾੜੀ ਦਾ, ਤੇ ਕਲਾਕਾਰ ਨੂੰ ਤਾੜੀ ਦਾ ਹੌਸਲਾ ਹੁੰਦਾ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸੋ ਜ਼ਿਆਦਾ ਸਮਾਂ ਨਾ ਲਈਏ। ਉਹ ਸੋਹਣਾ ਸੁਨੱਖਾ ਗੱਭਰੂ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਰੰਗ ਕਾਲੇ ਦੇ ਨਾ ਜਾਓ ਜੀ, ਬੰਦੇ ਦੇ ਗੁਣ ਵੇਖੀ ਦੇ ਹੁੰਦੇ ਆ। ਜੇ ਰਾਤ ਨਾ ਹੁੰਦੀ ਦਿਨ ਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ, ਤੇ ਕਾਲੇ ਰੰਗ ਕਰਕੇ ਗੋਰੇ ਦੀ ਕਦਰ ਹੈ। ਤੋਂ ਜ਼ਿਆਦਾ ਸਮਾਂ ਨਾ ਲਈਏ, ਤੁਹਾਡੇ ਰੂਬਰੂ ਬਾਈ ਹਰਮਨ ਸਿੱਧੂ ਜੀ। ਭੈਣ ਭਰਾਪਿਓ ਮਾਂ ਬੋਲਾ, ਮੁਰਸ਼ਦ ਕਹਾਂ ਗੁਰਪੀਰ ਸੱਦਾ, ਜਾਂ ਫਿਰ ਹਰ ਇੱਕ ਨੂੰ ਰੱਬ ਦੀ ਥਾਂ ਬੋਲਾਂ। ਸੋਚ ਰਿਹਾ ਅੱਜ ਦੀ ਮਹਿਫਲ ਵਿੱਚ ਮੈਂ ਬੋਲਾਂ ਜਾਂ ਫਿਰ ਨਾ ਬੋਲਾਂ, ਕਿਉਂਕਿ ਇੱਥੇ ਹਰ ਸ਼ਖਸੀਅਤ ਨਾਮੀ ਹੈ। ਮੈਂ ਕਿਹਦਾ ਕਿਹਦਾ ਨਾ ਬੋਲਾਂ, ਮੈਂ ਕਿਹਦਾ ਕਿਹਦਾ ਨਾ ਬੋਲਾਂ। ਸੋ ਇੱਕ ਵਾਰ ਮੇਰੇ ਵੱਲੋਂ ਇੱਥੇ ਪਹੁੰਚੇ ਸਾਰੇ ਮਿੱਤਰ ਦੋਸਤ ਸੱਜਣ ਜਿੰਨੇ ਵੀ ਸਰੋਤੇ ਤੇ ਪਹੁੰਚਣੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਵਧੀਆ ਮਾਹੌਲ ਹੈ ਜੀ। ਮੇਰਾ ਬਹੁਤ ਵਧੀਆ ਪਰਮ ਮਿੱਤਰ ਹੈ ਮੋਹਦੀਪ ਮਾਨ, ਉਹਦੇ ਨਾਂ ਦੇ ਵੀ ਇੱਕ ਵਾਰ ਤਾੜੀ ਮਾਰ ਦਿਓ ਜੀ, ਜਿਹਦੀ ਬਦੌਲਤ ਤੇ ਜਿਹਨਾਂ ਦੀ ਮਿਹਨਤ ਇਹ ਪ੍ਰੋਗਰਾਮ ਅੱਜ ਦਾ ਹੋਇਆ। ਅਸੀਂ ਪਿਛਲੇ ਸਾਲ ਕੈਨੇਡਾ ਇਕੱਠੇ ਗਏ ਸੀ, ਸੋ ਬਹੁਤ ਵਧੀਆ। ਉਸ ਤੋਂ ਬਾਅਦ ਸਾਡੀ ਇੰਨੀ ਮਿੱਤਰਤਾ ਪਈ, ਬਹੁਤ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ। ਮੇਰੇ ਵੀਰ ਨੇ ਹੁਕਮ ਲਗਾਇਆ ਸੀ, ਮੈਂ ਕਿਹਾ ਜ਼ਰੂਰ ਪਹੁੰਚਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਨਿਰਮਲ ਸਿੰਘ ਸੰਘਾ ਜੀ ਐਮ ਸੀ ਪ੍ਰਧਾਨ ਸੋਸਾਇਟੀ, ਉਹਨਾਂ ਦਾ ਵੀ ਥੈਂਕਸ, ਤੇ ਨਾਲ ਹੀ ਸਾਡਾ ਵੀਰ ਮੰਦਰ ਬਹੁਤ ਵਧੀਆ ਸੰਚਾਲਕ ਨੇ, ਔਰ ਸਾਰਿਆਂ ਦਾ ਵੈਲਕਮ ਕਰਦਾ ਜੀ। ਥੈਂਕਸ ਟੂ ਆਲ ਆਫ ਯੂ, ਐਂਡ ਮੇਰੇ ਬਹੁਤ ਵਧੀਆ ਮਿੱਤਰ ਵੀ ਨੇ ਸਾਡੇ ਨਾਲ ਆਏ ਨੇ। ਸੋ ਦੋ ਲਾਈਨਾਂ ਸ਼ੁਰੂ ਕਰਨ ਲੱਗਿਆ ਜੀ, ਯਾਰੀ ਦੋਸਤੀ ਦੀ ਗੱਲ ਅਕਸਰ ਮੈਂ ਸਟੇਜ ਤੇ ਕਰਦਾ ਹੁੰਦਾ।
ਜਿਹਦੇ ਕੋਲ ਯਾਰ ਸੱਚੇ ਨੇ ਕਹਿੰਦੇ ਉਹਦੇ ਕੋਲੇ ਕਹਿੰਦੇ ਯਾਰਾਂ 'ਚ ਹੀ ਰੱਬ ਵੱਸਦਾ, ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ। ਜਿਹੜਾ ਔਖੇ ਵੇਲੇ ਖੜੇ ਯਾਰ ਉਹੀ ਹੁੰਦਾ, ਕਿਉਂਕਿ ਖੁਸ਼ੀ 'ਚ ਲੱਡੂ ਖਾਣ ਤਾਂ ਜੀ ਸਾਰੇ ਆ ਜਾਂਦੇ ਜੀ। ਅੱਜ ਦੇ ਟਾਈਮ ਪੈਸੇ ਦਾ ਜ਼ਮਾਨਾ, ਲੋਕ ਪੈਸਾ ਬਹੁਤ ਵੱਡੀ ਚੀਜ਼ ਹੈ ਇੱਕ ਥਾਂ 'ਤੇ, ਕਿਉਂਕਿ ਪੈਸੇ ਬਿਨਾਂ ਕੋਈ ਕੰਮ ਨਹੀਂ ਚੱਲਦਾ। ਉੱਥੇ ਪੈਸਾ ਵੱਡੀ ਚੀਜ਼ ਹੈ, ਪਰ ਇੱਕ ਥਾਂ 'ਤੇ ਪੈਸਾ ਕੁਝ ਵੀ ਨਹੀਂ, ਜਿੱਥੇ ਪੈਸੇ ਕਰਕੇ ਯਾਰੀ 'ਚ ਫਰਕ ਪੈਂਦਾ, ਰਿਸ਼ਤੇਦਾਰੀਆਂ ਟੁੱਟਦੀਆਂ ਨੇ। ਬਹੁਤ ਲੋਕ ਮਤਲਬੀ ਹੋ ਗਏ ਨੇ, ਪਰ ਮੈਂ ਜੋ ਗੱਲ ਕਰਨ ਲੱਗਿਆ ਮੇਰੇ ਸੱਚੇ ਯਾਰਾਂ ਦੀ, ਜਿਹੜੇ ਅਕਸਰ ਨਾਲ ਖੜੇ ਨੇ, ਪੈਸੇ ਨੂੰ ਠੋਕਰ ਮਾਰ ਕੇ ਯਾਰੀ ਲਈ ਖੜੇ ਨੇ, ਉਹਨਾਂ ਦੋਸਤਾਂ ਲਈ ਮੇਰਾ ਸਾਥ ਨਿਭਾਇਆ ਜਿਨ੍ਹਾਂ ਨੇ, ਉਹ ਮੈਂ ਉਹਨਾਂ ਜੋਗਾ ਰਹਿ ਜਾਵਾਂ, ਤੇ ਮੇਰੇ ਦਰਦ ਵੰਡਾਏ ਜਿਨ੍ਹਾਂ ਨੇ, ਦੁਖੀ ਉਹਨਾਂ ਦੇ ਸਭ ਸਹਿ ਜਾਵਾਂ। ਮੈਂ ਯਾਰ ਨਹੀਂ ਕਹਿੰਦਾ ਉਹਨਾਂ ਨੂੰ, ਬਸ ਡਰਦਾ ਇਸੇ ਗੱਲੋਂ ਕਿਤੇ ਰੱਬ ਵਰਗੀ ਉਹ ਸੱਜਣਾ ਨੂੰ ਕੁਝ ਥੋੜਾ ਬੁਰਾ ਨਾ ਕਹਿ ਜਾਵਾਂ। ਜੇ ਦਿਲ ਵਿੱਚ ਜਗਾਉ ਨਹੀਂ ਦਿੰਦੇ, ਜੇ ਦਿਲ ਵਿੱਚ ਜਗਾਉ ਨਹੀਂ ਦਿੰਦੇ, ਇਸ ਗੱਲ ਦਾ ਹਰ ਮਨੂੰ ਗਿਲਾ ਨਹੀਂ, ਪਰ ਦੂਰ ਹੋਣਾ ਮਨਜ਼ੂਰ ਨਹੀਂ, ਭਾਵੇਂ ਚਰਨਾ ਜੋਗਾ ਰਹਿ ਜਾਵਾਂ। ਪਰ ਦੂਰ ਹੋਣਾ ਮਨਜ਼ੂਰ ਨਹੀਂ, ਭਾਵੇਂ ਚਰਨਾ ਜੋਗਾ ਰਹਿ ਜਾਵਾਂ। ਉਹ ਪੈਂਦਿਆਂ ਗੜਾਸਿਆਂ ਚ ਨਾਲ ਮੇਰੇ ਖੜੇ ਜੋ, ਮੇਰੇ ਪਿੱਛੇ ਮੇਰੇ ਨਾਲੋਂ ਪਹਿਲਾਂ ਸੀਗੇ ਲੜੇ ਜੋ, ਉਹ ਪੈਂਦਿਆਂ ਗੜਾਸਿਆਂ ਚ ਨਾਲ ਮੇਰੇ ਖੜੇ ਜੋ, ਮੇਰੇ ਪਿੱਛੇ ਮੇਰੇ ਨਾਲੋਂ ਪਹਿਲਾਂ ਸੀਗੇ ਲੜੇ ਜੋ। ਉਹਨਾਂ ਮੇਰੇ ਪਿੱਛੇ ਲਈਆਂ ਸਿਰੀ ਉੱਤੇ ਮਾਰਾਂ ਦਾ, ਉਹ ਮੈਂ ਕਿੰਜ ਕਰਾਂ ਸ਼ੁਕਰਾਨਾ ਰੱਬ ਵਰਗੇ ਯਾਰਾਂ ਦਾ, ਮੈਂ ਕਿੰਜ ਕਰਾਂ ਸ਼ੁਕਰਾਨਾ ਮੇਰੇ ਜਿਗਰੀ ਯਾਰਾਂ ਦਾ, ਜਿਨ੍ਹਾਂ ਦੀ ਬਦੌਲਤ ਸਟੇਜ ਉੱਤੇ ਚੜਿਆ, ਸਾਹਮਣੇ ਮੈਂ ਲੋਕਾਂ ਆਪਣੇ ਘਰ ਬਣ ਖੜਿਆ, ਬੜੇ ਅਨਮੋਲ ਬੜੇ ਅਨਮੋਲ ਸੰਗੀਤ ਅਤੇ ਗੀਤਕਾਰਾਂ ਦਾ, ਉਹ ਮੈਂ ਕਿੰਜ ਕਰਾਂ ਸ਼ੁਕਰਾਨਾ ਰੱਬ ਵਰਗੇ ਯਾਰਾਂ ਦਾ, ਮੈਂ ਕਿੰਜ ਕਰਾਂ ਸ਼ੁਕਰਾਨਾ ਮੇਰੇ ਯਕੀ ਯਾਰਾਂ ਦਾ। ਸੋ ਇਸ ਦੇ ਨਾਲ ਹੀ ਜ਼ਿਆਦਾ ਟਾਈਮ ਨਾ ਲਾਈਏ, ਸ਼ੁਰੂ ਕਰਨ ਲੱਗੇ ਜੀ। ਫਰਮਾਇਸ਼ਾਂ ਵੀ ਆਈਆਂ ਨੇ, ਇੱਥੇ ਆਪਾਂ ਆਰਟਿਸਟ ਨਹੀਂ ਬਣ ਕੇ ਦੋਸਤ ਬਣ ਕੇ ਆਏ, ਕਿਉਂਕਿ ਆਪਣੇ ਸਾਰੇ ਮਿੱਤਰ ਨੇ, ਸਾਰੇ ਮਿੱਤਰਾਂ ਦਾ ਪ੍ਰੋਗਰਾਮ ਹੈ, ਸਾਰੇ ਗੀਤ ਸੁਣਾ ਕੇ ਜਾਵਾਂਗੇ। ਜੋ ਜੋ ਤੁਹਾਡੀਆਂ ਫਰਮਾਇਸ਼ਾਂ ਪੇਪਰ ਜਾਂ ਪਿਆਰ ਜੁਗਨੀ ਘਰੋਂ ਚੰਗੀਆਂ, ਜਿਹਨਾਂ ਗੱਲਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ। ਹਾਂਜੀ, ਸੋ ਪਿਛਲੇ ਐਲਬਮ ਦੇ ਵਿੱਚ ਗਾਣਾ ਆਇਆ ਸੀ, ਬਹੁਤੀ ਟੌਰ ਸ਼ੌਰ ਨਹੀਂ ਲਾਉਂਦੇ, ਪੈਸੇ ਦੀ ਨਾ ਧੌਂਸ ਦਿਖਾਉਂਦੇ, ਸਿੱਧਾ ਸਾਦਾ ਜੀਵਨ ਪੇਂਡੂ, ਐਵੇਂ ਫੋਕਾ ਰੋਗ ਨਹੀਂ ਪਾਉਂਦੇ, ਸਾਡੇ ਸ਼ੌਂਕ ਵੀ ਦੇਸੀ ਨੇ, ਦੇਸੀ ਜੇ ਬੰਦੇ ਆ, ਘਰੋਂ ਵੀ ਚੰਗੇ ਆ, ਨਾਲੇ ਦਿਲੋਂ ਵੀ ਚੰਗੇ ਆ। ਸਾਡੇ ਨਾਗੀ ਜੀ ਗੀਤਕਾਰ, ਉਹਨਾਂ ਦਾ ਵੈਲਕਮ। ਉਹ ਬਹੁਤੀ ਟੌਰ ਸ਼ੌਰ ਨਹੀਂ ਲਾਉਂਦੇ, ਉਹ ਪੈਸੇ ਦੀ ਨਾ ਧੌਂਸ ਦਿਖਾਉਂਦੇ, ਸਾਦਾ ਜੀਵਨ ਪੇਂਡੂ, ਐਵੇਂ ਫੋਕਾ ਰੋਬ ਨਹੀਂ ਪਾਉਂਦੇ,
ਸ਼ੌਂਕ ਵੀ ਸਾਡੇ ਸ਼ੌਂਕ ਵੀ ਦੇਸੀ ਨੇ ਦੇਸੀ ਜੇ ਬੰਦੇ ਆ ਉਹ ਭੋਤੀ ਟੌਰ ਸ਼ੌਰ ਨੀ ਲਾਉਂਦੇ
ਸਾਡਾ ਵੀ ਮੋਦੀ ਮਾਨ ਅਤੇ ਸਾਡੇ ਨਿਰਮਲ ਸੰਘਾ ਜੀ ਉਹਨਾਂ ਤੋਂ ਬਹੁਤ ਸਾਰਾ ਮਾਨ ਥੈਂਕ ਯੂ। ਹਾਂਜੀ ਸੋ ਇਸ ਦੇ ਨਾਲ ਹੀ ਫਰਮਾਇਸ਼ ਆਈ ਸੀ ਕਾਕੜਾ ਸਾਹਿਬ ਦਾ ਲਿਖਿਆ ਹੋਇਆ ਗਾਣਾ ਚਾਟੀਆਂ ਵਧਾਣੀਆਂ ਉਸਦਾ ਸਤਾਈ ਅੰਦਰਾ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਹੋਗੇ ਵਿਰਸੇ ਦੇ ਵਾਰਿਸਾਂ ਨੇ ਦਿਲਾਂ ਚੋਂ ਵਿਸਾਰੀਆਂ ਰੋਂਦੀਆਂ ਨੇ ਮੈਸ਼ਾਂ ਵਿੱਚ ਲਹਿੰਗੇ ਫੁਲਕਾਰੀਆਂ ਸਾਂਭਿਆ ਨਾ ਗਿਆ ਤੇ ਥੋ ਮਾਂ ਦਾ ਸੰਦੂਰ। ਸਾਡੇ ਵੀਰ ਗੁਰਮੀਤ ਜੀ ਬਹੁਤ ਬਹੁਤ ਵੈਲਕਮ ਮੇਰੇ ਵੀਰ ਸਾਡੇ ਮਿੱਤਰਾਂ ਦੀ ਦੁਨੀਆਂ ਦੇ ਵਿੱਚੋਂ ਗੁਰਮੀਤ ਮੇਰਾ ਵੀਰ ਵੈਲਕਮ ਕਰਦਾ ਜੀ ਉਹਨਾਂ ਸਾਂਭਿਆ ਨਾ ਗਿਆ ਤੇ ਥੋ ਮਾਂ ਦਾ ਸੰਦੂਰ ਗੱਲਾਂ ਕਰਦੇ ਕਰੋੜਾਂ ਵਾਰੀ ਦੀਲ ਦੀਆਂ ਉਹ ਪਹਿਲਾਂ ਹੀ ਅਸੀਂ ਭੁੱਲ ਕੇ ਮਧਾਣੀ ਮਰ ਜਾਣੀ ਹੁਣ ਚਾਤੀਆਂ ਵੀ ਆ ਗਈਆਂ ਸਟੀਲ ਦੀਆਂ ਉਹ ਫਿਰਸੇ ਦੇ ਵਾਰਸਾਂ ਨੇ ਦਿਲਾਂ ਚੋਂ ਵਿਸਾਰੀਆਂ ਫਿਰ
ਸਾਡੀਆਂ ਸਟੀਲ ਦੀਆਂ ਪਹਿਲਾਂ ਅਸੀਂ ਭੁੱਲ ਕੇ ਮਕਾਨ ਨੂੰ ਮਰ ਜਾਣੀ ਹੁਣ ਚਾਬੀਆਂ ਵੀ ਆ ਗਈਆਂ ਸਟੀਲ ਦੀਆਂ ਜੈਨ ਸਿੰਘ ਜੀ ਮੈਂਬਰ ਸਾਹਿਬ ਜੀ ਨੇ ਮੇਰਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਨ ਆ ਜਾ ਕਰੋ ਕੋਈ ਗੱਲ ਨਹੀਂ ਪੈਸਾ ਹੱਥਾਂ ਦੀ ਮੈਲ ਹੈ ਇਹੋ ਜਿਹੇ ਖੁਸ਼ੀ ਦੇ ਮੌਕੇ 'ਤੇ ਲਹਿੰਦੀ ਹੈ ਸੋ ਨਾਗੇ ਪ੍ਰੋਗਰਾਮ ਇਕੱਲਾ ਢੁੱਡੀ ਦੇ ਵਿੱਚ ਨਹੀਂ ਚੱਲ ਰਹੇ ਆਲ ਵਰਲਡ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਇਹ ਲਾਈਵ ਚੱਲ ਰਿਹਾ ਹੁਣ ਜੇ ਕਿਸੇ ਨੇ ਨੈੱਟ 'ਤੇ ਦੇਖਣਾ ਵੀ ਹੈ ਪੰਜਾਬ ਲਾਈਵ 1.com 'ਤੇ ਜਦੋਂ ਤੁਸੀਂ ਨੈੱਟ ਖੋਲੋਗੇ ਕਿਉਂਕਿ ਹੁਣੇ ਹੁਣੇ ਇੱਕ ਕੈਨੇਡਾ ਤੋਂ ਕਾਲ ਆਈ ਹੈ ਫਿਰ ਸਪੈਸ਼ਲ ਉਹਨਾਂ ਨੇ ਹਰਮਨ ਜੀ ਨੂੰ ਬੇਨਤੀ ਕੀਤੀ ਹੈ ਜੁੱਤੀ ਨੂੰ ਲਵਾ ਲੇ ਘੁੰਗਰੂ ਬੜੀ ਖੁਸ਼ੀ ਹੈ ਜਿਹੜੇ ਆਊਟ ਆਫ ਇੰਡੀਆ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਨਿੱਘੀ ਬੁੱਕਲ ਦੇ ਸਾਂਭ ਕੇ ਰੱਖਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਜੋ ਕੈਨੇਡਾ ਦੇ ਵਿੱਚ ਬੈਠੇ ਜਾਂ ਅਮੈਰੀਕਾ ਕਿਤੇ ਵੀ ਬੈਠੇ ਹੈ ਜਿੱਥੇ ਵੀ ਦੁਨੀਆ ਵੱਸਦੀ ਹੈ ਜੋ ਨੈੱਟ ਖੋਲ ਕੇ ਬੈਠੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੈਂ ਉਹਨਾਂ ਨੂੰ ਸਪੈਸ਼ਲ ਤੌਰ 'ਤੇ ਮੈਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਵਿਰਸੇ ਨੂੰ ਪਿਆਰ ਕੀਤਾ ਆਊਟ ਆਫ ਇੰਡੀਆ ਜਾ ਕੇ ਤਾਂ ਜਦ ਅਸੀਂ ਮਨਾ ਲਈਏ ਅਤੇ ਕਿਤੇ ਬਾਈ ਜੀ ਫਿਰਦੇ ਸੀਗੇ ਪੈਗ ਸ਼ੱਕ ਲੱਗਿਆ ਕੋਈ ਗੱਲ ਨਹੀਂ ਕਹਿਣਾ ਕਿਸੇ ਨੂੰ ਕੁਛ ਨਹੀਂ ਗਾ ਪਿਆਰ ਨਾਲ ਬਿਠਾ ਦੇਣੇ ਸਿਆਣੇ ਕਹਿੰਦੇ ਕੋਈ ਲੂਣ ਦੀ ਚੂੰਡੀ ਨਾਲ ਪੈਗ ਲਾਉਂਦਾ ਤੇ ਕੋਈ ਭਾਲਦਾ ਭੁਰਜੀ ਆਂਡਿਆਂ ਦੀ
ਕੋਈ ਲੂਣ ਦੀ ਚੂੰਡੀ ਨਾਲ ਪੈਗ ਲਾਉਂਦਾ, ਕੋਈ ਭਾਲਦਾ ਭੁਰਜੀ ਆਂਡਿਆਂ ਦੀ, ਤਰੀ ਮੀਟ ਦੀ ਕੁਰਤੇ ਤੇ ਡੋਲ ਲੈਂਦੇ, ਦਾੜੀ ਲਿਬੜ ਦੀ ਰੋਟੀ ਖਾਂਦਿਆਂ ਦੀ, ਪੀ ਕੇ ਮੁਫਤ ਦੀ ਘਰ ਵਾਲੀ ਨਾਲ ਕਲੇਸ਼ ਪਾਉਂਦੇ, ਕੰਧੋਲੀਓ ਠਾ ਮਾਰਦੇ ਟੋਕਰੀ ਭਾਂਡਿਆਂ ਦੀ, ਲੱਕੀ ਸ਼ਾਹ ਫਿਰ ਪੀਤੀ ਦਾ ਕੀ ਫਾਇਦਾ ਜੇ ਪੱਗ ਗਲ ਚ ਪੈ ਜੇ ਤੁਰੇ ਜਾਂਦੇ ਹੋ। ਅਜਵਾਈ ਵੀ ਕਰਨਾ ਫੁੱਲ ਪੈਗ ਸ਼ੈਗ ਲਾਓ, ਪਰ ਇਸ ਢੰਗ ਨਾਲ ਕਰਨਾ, ਆਪਣੇ ਤੁਹਾਡਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਉਹੀ ਆਵਾਜ਼ ਉਹੀ ਅੰਦਾਜ਼ ਜੋ ਕਨੇਡਾ ਤੋਂ ਕਾਲ ਆਈ ਹੈ, ਉਹਨਾਂ ਦੀ ਫਰਮਾਇਸ਼ ਤੇ ਕਿ ਜੁੱਤੀ ਨੂੰ ਲਵਾ ਲੈ ਕੰਗੂ। ਥੈਂਕ ਯੂ ਜੀ। ਸਾਡੇ ਹਾਂਜੀ ਸਾਡੇ ਸ਼੍ਰੀਮਤੀ ਪਰਮਜੀਤ ਗੁਲਸ਼ਨ ਜੀ MP ਫਰੀਦਕੋਟ ਉਹ ਚੰਦ ਮਿੰਟਾਂ ਵਿੱਚ ਸਾਡੇ ਦਰਬਾਰ ਪਹੁੰਚਣ ਵਾਲੇ ਨੇ। ਸੋ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ VIP ਗੈਸਟ, ਜਿੰਨੇ ਵੀ ਮਹਿਫਲ ਦੇ ਵਿੱਚ VIP ਗੈਸਟ ਬੈਠੇ ਨੇ, ਸੋ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦੇ। ਸੋ ਬਹੁਤ ਹੀ ਅਜੀਜ਼ ਮਾਨਸਤੀਆਂ, ਉੱਚੀਆਂ ਸੁਰਾਂ ਦਾ ਮਾਲਕ ਬਾਈ ਸੰਧੂ ਸਰ ਜੀ, ਉਹ ਵੀ ਸਾਡੇ ਦਰਬਾਰ ਪਹੁੰਚ ਚੁੱਕੇ ਹੈ, ਉਹਨਾਂ ਦੇ ਨਾਲ ਬਹੁਤ ਅੱਛੇ ਮਾਨਸਾਲਕ ਪਵਨ ਸ਼ਰਮਾ ਜੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਸੋ ਹਰਮਨ ਸਿੱਧੂ ਜੀ ਜੁੱਤੀ ਨੂੰ ਲਵਾ ਲੈ ਕਹੂੰਗਾ। ਹਾਂਜੀ ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ, ਹੁਣ ਮਾਰੀ ਗੱਲ ਕਰਾਂ। ਸੋ ਮੇਰਾ ਵੀਰ ਮੋਢੇ ਮਾਂ ਦੱਸ ਕੇ ਗਿਆ, ਸਰੀ ਤੋਂ ਫਰਮਾਇਸ਼ ਆਈ ਹੈ ਕੈਨੇਡਾ ਤੋਂ। ਪਿਛਲੀ ਵਾਰ ਅਸੀਂ ਕੈਨੇਡਾ ਦੇ ਸ਼ੋਅ ਕੀਤਾ ਸੀ, ਇਸ ਗਾਣੇ ਨੂੰ ਬਹੁਤ ਲਾਈਕ ਕੀਤਾ ਸੀ। ਕਰਦੀ ਮੈਂ ਜੀ ਜੀ ਜੱਟਾ ਵਿਗੜ ਗਿਆ, ਤੇਰੇ ਸਿਰ ਇਕੱਠਾ ਜੱਟਾ ਵਿਗੜ ਗਿਆ, ਕੋਈ ਕਰ ਲੈ ਸ਼ਰਾਬੀ ਅੱਤ ਚਾਰਾ, ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ, ਹੁਣ ਮਾਰੀ ਲਲਕਾਰ। ਕਹਿੰਦੇ ਜੀ, ਕਹਿੰਦੇ ਜਿਨ੍ਹਾਂ ਦੀਆਂ ਉਂਗਲਾਂ ਤੇ ਚੜਿਆ ਫਿਰੇ, ਦਿਨ ਰਾਤ ਠੇਕਿਆਂ ਚ ਵੜਿਆ ਫਿਰੇ, ਉਹੀ ਕਰਕੇ ਹੱਟਣਗੇ ਕਾਰਾ। ਕਹਿੰਦੇ ਬੰਦਾ ਪੀਂਦਾ ਤਾਂ ਆਪ ਹੁੰਦਾ ਜੇ ਆਪਦਾ ਜੀ ਕਰਦਾ ਹੋਵੇ, ਪਰ ਅਕਸਰ ਘਰ ਵਾਲੀ ਨੇ ਇਹ ਕਹਿਣਾ ਹੁੰਦਾ ਵੀ ਜਿਹੜਾ ਨਾਲ ਹੈ ਵਿਗਾੜਦੇ ਆ, ਇਹ ਲਵਾਉਂਦੇ ਆ ਪੈਗ ਉਹਨੂੰ, ਪਰ ਇਹ ਚੀਜ਼ ਹੀ ਏਦਾਂ ਦੀ ਹੈ, ਬੰਦੇ ਦਾ ਆਪ ਦਾ ਦਿਲ ਕਰਦਾ ਜਦੋਂ ਉਦੋਂ ਹੀ ਲਾਉਂਦਾ ਬੰਦਾ, ਕਿਸੇ ਦੇ ਕਹਿਣ ਤੋਂ ਤਾਂ ਨਹੀਂ। ਸੋ ਹਾਂਜੀ ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ, ਹੁਣ ਮਾਰੀ ਲੱਗਾ। ਉਹ ਕਰਦੀ ਮੈਂ ਚੀਜ਼ ਜੱਟਾ ਵਿਗੜ ਗਿਆ, ਕਰ ਲਿਆ ਆਪਣੇ ਚੱਟਾ ਆਖਿਆ।
ਖੜੇ ਕੇ ਆਵੇ ਪੈਰ ਚੱਕੀ ਨੇ ਜਰਾ ਕੱਢੀ ਛੱਡਦੀ ਸਿਖਰ ਦੁਪਹਿਰੇ ਦਾ
ਮੈਨੂੰ ਜਾਂਦੀ ਪੂਰਾ ਨੱਪ ਟੋਲ ਕੇ ਖਾਂਦੀ ਘੁੰਮਦੀ ਵਿੱਚ ਫਰਾਰੀ